ਕੋਈ ਯਾਰ ਮੈਂ ਚਾਹ ਰਿਹਾ ਹਾਂ ਸਲੋਪਰ, ਕਿਉਂਕਿ ਮੈਂ ਸ਼ੂਜ਼ ਆ ਨਾ ਉਹ ਦੇਣੇ ਆ, ਜੇ ਕੱਪੜਾ ਤਾਂ ਬਾਈਕ ਬਹੁਤ ਖਰਾਬ ਹੋਈ ਆ ਤਾਂ ਉਹ ਕਰਨੀ ਆ ਸਾਫ਼, ਕਿਉਂਕਿ ਇਹ ਮੁਰਗੇ ਫੁਰਗੇ ਜਾ ਆ ਰਹੇ ਆ, ਇਹ ਕਰਦੇ ਹਾਂ ਸਾਫ਼, ਉਸਕੇ ਬਾਅਦ ਚਲਦੇ ਹਾਂ ਦੁਕਾਨ ਪਰ, ਇਸੇ ਕਰਦੇ ਹਾਂ ਜੀ ਸਾਫ਼ ਫਿਰ ਦੇਖੇ ਨਹੀਂ ਗੰਦੀ ਇਹ ਨਾ ਚਲਾਈ ਨਹੀਂ, ਪੇਪਰ ਮੇਰੇ ਹੋਏ ਹੋ ਜਾਣ, 7-8 ਦਿਨ ਹੋ ਗਏ, ਉਸਕੇ ਬਾਅਦ ਮੈਨੇ ਨਾ ਆਪਣੀ ਬਾਈਕ ਚਲਾਈ ਹੀ ਨਹੀਂ, ਉਹ ਦੂਸਰੀ ਆ ਰਾਵੀ ਬੋਲ ਇੱਕ ਮੈਂ ਜਾਂਦਾ ਰਹੂੰ, ਉਹ ਵੀ ਇਸਕੋ ਕਰਦੇ ਹਾਂ ਸਾਫ਼, ਯਾਨ ਗਰਮੀ ਬਹੁਤ ਪਾਟ ਰਹੀ ਆ, ਵੈਰੀ ਹੋਟ ਇਸ ਡੇ, ਬਹੁਤ ਹੀ ਗਰਮ ਹੈ, ਗਰਮਾਲੇ ਦਿਨ ਆ ਚੁੱਕੇ ਹੈ, 3-4 ਮਹੀਨੇ ਪਈਆਂ, ਉਸਕੇ ਬਾਅਦ ਫਿਰ ਸਰਦੀਆਂ ਆ ਜਾਣੀਆਂ ਹੈ, ਹੋਏ 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 ਸਰਦੀਆਂ ਮੇਂ ਸੇ ਕਿੱਕੇ ਮਾਰਦੇ ਰਹੋ, ਇਹ ਸਟਾਰਟ ਹੀ ਨਹੀਂ ਹੋਤੀ ਹੈ, ਔਰ ਗਰਮੀਆਂ ਮੇਂ ਐਸੇ ਸਟਾਰਟ ਹੋ ਜਾਂਦੀ ਹੈ, ਪਹਿਲੀ ਕਿੱਕ ਮੇਂ ਐਸੇ ਕੋਈ ਸੁਭਾਅ ਕਾਮ ਹੋਤਾ ਹੈ, ਪਸੀਨਾ ਆਉਣ ਲੱਗ ਗਿਆ ਮੁਝੇ, ਮੈਂ ਬਾਈ ਮੁਝੇ ਖੜਾ ਵੀ ਨਹੀਂ ਹੁਆ ਸਕੇ ਚਲਾ, ਔਰ ਮੁਝੇ ਬਾਈ ਪਸੀਨਾ ਆਉਣ ਲੱਗ ਗਿਆ ਹੈ, ਦੇਖੋ ਕਿਤਨਾ ਗੱਟਾ ਚੜ ਚੁੱਕਾ ਹੈ ਸਰ, ਆਪਕੋ ਮਿਲਤੇ ਹੈ ਜੀ ਬਾਅਦ ਮੇਂ ਇਸੇ ਸਾਫ਼ ਕਰਨੇ ਕੇ, ਪੇ ਪੜੇ ਹੈ ਜੀ ਸ਼ੂਜ਼, ਇਸਕੋ ਟਾਂਗਤੇ ਹੈ ਜਾਮ ਪਰ, ਠੰਡ ਨਾ ਜਿਵੇਂ ਗਰਮੀ ਕੀ ਵਜ੍ਹਾ ਸੇ, ਠੀਕ ਹੈ ਜੀ ਇਸਕੋ ਲਗਾਤੇ ਹੈ ਜਾਮ ਪਰ, ਔਰ ਇਸਕੋ ਕਿਆ ਨਾਮ ਲੇਤੇ ਹੈ ਦੇਤੇ ਹੈ ਇੱਕ ਵਾਲ, ਮਾਰਤਾ ਇਹ ਕੀ ਕਿੱਕ ਮਾਰੂੰਗਾ, ਸਟਾਰਟ ਹੋ ਗਿਆ ਜੀ, ਆਪ ਚੱਲ ਕੇ ਸ਼ੋਰ ਪਰ ਆਪਕੇ ਮਿਲਤੇ ਹੈਂ ਵਹਾਂ ਜਾ ਕੇ, ਓਕੇ ਜੀ ਨਮਸਤੇ ਜੀ, ਗਰਮੀ ਗਰਮੀ ਹੋ ਚੁੱਕੀ ਹੈ, ਦੇਖੀ ਜੀ ਗਰਮੀ, ਦੁਕਾਨ ਵੀ ਬੰਦ ਹੈ ਅੱਜ, ਬੰਦ ਨਹੀਂ ਹੈ ਐਸੇ ਲੋਕ ਨਹੀਂ ਬਾਹਰ ਨਿਕਲੇ ਹੋਏ ਗਰਮੀ ਦੀ ਵਜ੍ਹਾ ਸੇ, ਤਪਸ਼ ਵਾਲੀ ਹਵਾ ਜੋ ਮੁਝੇ ਇਸ ਟਾਈਮ ਪੜ ਰਹੀ ਹੈ, ਉਹ ਲਗਾ ਵਾ ਸੂਰਜ ਉੱਪਰ ਗਰਮ ਆਪਣੀ ਜ਼ੋਰ ਸੇ ਗਰਮੀ ਫੈਂਕ ਰਿਹਾ ਸੂਰਜ ਜ਼ੋਰ ਸੇ, ਭਾਈ ਮੈਂ ਜਾ ਰਿਹਾ ਹੂੰ ਆਪਣੀ ਮੰਜ਼ਿਲ ਮਕਸੂਦ ਤੱਕ, ਇਹ ਲੱਗੇ ਜੀ ਉਹ ਰਹਾ ਕਿਲ੍ਹਾ ਸ਼ੇਖਪੁਰਾ, ਇਹ ਰਹਾ ਕਿਲ੍ਹਾ, ਹਮ ਜਾ ਰਹੇ ਹੈ ਇਸ ਤਰ੍ਹਾਂ ਗਰਮੀ ਮੇਂ ਸ਼ਦੀਦ ਗਰਮੀ, ਪੌਦੇ ਲਗਾਓ ਦਰਖਤ ਲਗਾਓ ਗਰਮੀ ਕਮ ਹੋ ਲੋਕੋ, ਫੁੱਲ ਹੀ ਲੂਹ ਪੜ ਰਹੀ ਹੈ, ਜਾਂ ਤਾਂ ਮੈਂ ਜੋ ਲੁੱਟੀ ਕੀ ਆ ਨਾ ਉਹ ਇਹ ਕੀ ਆ ਕਿ ਮੈਂ ਨਾ ਲੈ ਕੇ ਗਿਆ ਸੋਫਾ, ਫਿਰ ਆਪ ਹੀ ਜਿੱਦਾਂ ਬਾਹਰ ਆਏ ਸੋਫੇ ਤੋਂ ਬਗੈਰ ਆਪਣੇ ਲੁੱਟੀ ਨਹੀਂ ਬਾਹਰ ਆਉਣਾ, ਗਰਮੀ ਕਾ ਭਾਈ ਜਾਨ ਯਹੀ ਹਾਲ ਹੈ, ਭਾਈ ਰਹਾ ਆਪਣੇ ਉਹ ਲੈ ਕੇ ਆਉਣਾ ਹੈ ਜੀ ਸਾਫਾ, ਚਲੋ ਆਪ ਹਮ ਜਾ ਰਹੇ ਹੈ ਵਾਪਿਸ, ਸਾਧੂ ਜੀ ਇਹ ਵੀ ਹੈ ਉਮਰ ਭਾਈ ਜੀ, ਇਹ ਦੇਖੇ
ਜੇ ਲੈ ਲਈਏ ਇੱਥੇ ਆਪਣੇ ਕਾਫੀ ਧਿਆਨ ਨਾਲ ਆਪਾਂ ਜਾ ਰਿਹਾ ਘਰ ਆਪਕੋ ਘਰ ਜਾ ਕੇ ਮਿਲ ਕੇ ਮੈਨੂੰ ਜਾਣਾ ਹੈ ਜਿਮ ਜਨ ਮੈਂ ਆਵਾ ਹੂੰ ਬੱਤੀ ਚੋਂ ਜਹਾਂ ਪਰ ਲਾ ਲਿਆ ਟਕਾ ਟਕ ਵੋ ਨਹੀਂ ਜੋ ਆਪ ਸਮਝ ਰਹੇ ਹੈ ਮਗਸ ਲੈਂਦੇ ਆਇਆ ਹਾਂ ਮੈਂ ਠੀਕ ਆ ਵੋ ਰੋਟੀਆਂ ਲੱਗ ਗਈਆਂ ਪਿੱਛੇ ਜੀ ਸਾਰਾ ਸਿਸਟਮ ਲੱਗਾ ਹੋਇਆ ਜੇ ਦੇਖਿਆ ਜੀ ਮੈਂ ਆਇਆ ਹੁਆ ਤਾਂ ਕਟਿੰਗ ਕਰਵਾਉਣੀ ਦੇਖੀ ਮੈਂ ਕਰਵਾ ਲਈ ਹੈ ਜਿਸਨੇ ਕੀ ਹੈ ਉਹ ਮੈਂ ਆਪਣਾ ਖਾਤਾ ਹੂੰ ਕਹੀ ਹੈ ਇਹਨਾਂ ਨੇ ਕੀ ਹੈ ਇਹ ਦੇਖੇ ਨਾ ਭਾਈ ਇਹ ਭਾਈ ਤਾਂ ਦੇਖੇ ਇਹ ਭਾਈ ਅੱਛਾ ਇਸ ਭਾਈ ਕੇ ਹਾਂ ਬੈਠ ਗਿਆ ਵੋ ਦੇਖੇ ਠੰਡੀ ਆਵਾਜ਼ ਆ ਰਹੀ ਹੈ ਚਲੇ ਠੀਕ ਹੈ ਯਾਰ ਆਪਕੋ ਬਾਅਦ ਮੇਂ ਮਿਲਤੀ ਥੋੜੀ ਸੀ ਇਹ ਵੀਡੀਓ ਬ੍ਰੇਕ ਕੇ ਹੋਈ ਹੈ ਬ੍ਰੇਕ ਕੇ ਬਾਅਦ ਵੀਡੀਓ ਬਾਅਦ ਹਮਾਰੀ ਟੀਮ ਭਾਈਆਂ ਨੂੰ ਆਜ ਹੈ ਹਮਾਰੇ ਘਰ ਥੋੜਾ ਕਗਾਰਤ ਨਹੀਂ ਹਮਾਰੇ ਘਰ ਫੋਸ਼ਨ ਹੈ ਸ਼ਾਦੀ ਹੈ ਜੋ ਹਮਾਰੀ ਟੀਮ ਆ ਜੇ ਖਾਣਾ ਵਗੈਰਾ ਲੱਗ ਚੁੱਕਾ ਹੈ ਤੋ ਅੱਜ ਬਰਾਤ ਹੈ ਕੱਲ ਮਹਿੰਦੀ ਥੀ ਔਰ ਇਹ ਆਪ ਪਹਿਲੇ ਇਹ ਦੇਗੇ ਉਸਕੇ ਬਾਅਦ ਫਿਰ ਉਹ ਦੇਗੇ ਜੋ ਵੀ ਹੋਗਾ ਖਾਣਾ ਵਗੈਰਾ ਇਹ ਦੇਖੀਏ ਸਾਰੇ ਆਏ ਹਮਾਦ ਅਹਿਮਦ ਹਸਨ ਭਾਈ ਅਬਦੁੱਲਾ ਜੁਮਰ ਤਬਾਰ ਇਹ ਦੇਖੇ ਜੀ ਆਪ ਉਹ ਵੀ ਦਿਖਾਤੇ ਯਹਾਂ ਪਰ ਬਹਾਨਾ ਸ਼ਾਪ ਕੁਛ ਠੀਕ ਹੈ ਜੀ ਅੱਛਾ ਨਹੀਂ ਬਣਾਉਂਦਾ ਮੁੱਕ ਨਹੀਂ ਬਣਾਉਂਦਾ ਕੱਟ ਕਰਦਾ ਗਾ ਤੁਹਾਡੇ ਨਹੀਂ ਆਉਂਦੀ ਹੁਣ ਇਹ ਹੈ ਜੀ ਬੱਚੀ ਖਾਣਾ ਜਾਂ ਪਰ ਸਭ ਕੁਛ ਖਾਣਾ ਵਗੈਰਾ ਬਣ ਰਿਹਾ ਹੈ ਇਹ ਮਾਂ ਨੂੰ ਬਣਾਈਆਂ ਨਾਈ ਵਗੈਰਾ ਜੀ ਉਹ ਹੈ ਹੈਂ ਤੁਹਾਨੂੰ ਮੈਂ ਲਿੰਕ ਭੇਜ ਦਾਂਗਾ ਆਪਣਾ ਨੋ ਟੈਨਸ਼ਨ ਅਬ ਇਹ ਭੇਜਣ ਲੱਗੇ ਹੈ ਉਧਰ ਸਰਫ ਕਰਨ ਲੱਗੇ ਹੈ ਸਭ ਕੁਛ ਇਹ ਮਾਈ ਪੂਰੀ ਮੁਕੰਮਲ ਟੀਮ ਹੈ ਅਭੀ ਆ ਰਹੀ ਉੱਥੇ ਤੱਕ ਰਿਆਜ਼ ਵੀ ਆ ਗਏ ਹੈ ਇਹ ਦਾ ਮਾਲਿਕ ਹੈ ਭਾਈ ਇਸ ਪਲੇਸ ਦਾ ਜਗ੍ਹਾ ਦਾ ਕੰਮ ਵਗੈਰਾ ਕਰ ਲੈ ਚਿਕਨ ਜੇ ਦੇਖ ਚਿਕਨ ਆ ਚੁੱਕਾ ਅੱਗੇ ਵੀ ਦੇਣਗੇ
अब शुरू हो गया प्रोसेस देने का, प्रोसेस करने का। अब लगाने लगे हैं ये बटन छोटा गोश्त, फुली रश हो गया उधर तो। अच्छा लिया लिया मैं क्या बस पर रुकी हो गया था मैं। ये आ गई जी आइसक्रीम, या देखें ऊपर टोपिंग वगैरह कितनी अच्छी की हुई है, और ये अब सिर्फ होने लगी है। अंदर आए ना, ए अंदर आ, की पिया थले है, थले हो गया की पिया वे, जा हाल इंसान जा चुक उतो आ गए। ਕਿੰਨੇ ਰੱਖਿਆ ਤੁਸੀਂ ਰੱਖਿਆ, ਇਹ ਹੋਰ ਕੌਣ ਇੱਥੇ ਤੁਹਾਡੇ ਸਵਾ ਬੋਤਲ ਵੀ ਚੁੱਕ ਤੋਂ ਫੈਜ ਉਹਨੂੰ ਭੇਜ, ਹਸਨ ਨੂੰ ਭੇਜ ਇੱਥੇ। ਹਾਂ ਜਿਹੜੇ ਖਾਨਦਾਨੀ ਪਿਓ ਦਾਦੇ ਤੋਂ ਰੱਜੇ ਹੁੰਦੇ ਨੇ ਨਾ, ਉਹਨਾਂ ਦੇ ਅੰਦਾਜ਼ ਮਿਜ਼ਾਜ ਕੁਝ ਹੋਰ ਹੁੰਦੇ ਨੇ।